Union Finance Minister Arun Jaitley, who today visited the controversial construction site of November 1984 Sikh Kanraj Memorial in Rakabganj Gurdwara in the national capital, today said the BJP-led centre understands the pain of 1984 victims well. He added the central government is also considering formation of a special investigation team so that the culprits of innocent Sikh victims can be punished. ਕੋਈ ਵੀ ਦੋਸ਼ੀ ਜਿਹਨੂੰ ਅੱਜ ਸਜ਼ਾ ਹੋ ਸਕਦੀ ਹੈ ਬਚ ਕੇ ਨਾ ਨਿਕਲੇ ਉਹਦੀ ਸਰਕਾਰ ਚਿੰਤਾ ਕਰਨ ਵਾਲੀ ਹੈ। ਮੈਂ ਖੁਦ ਮੇਰੇ ਸਾਥੀਆਂ ਨੇ ਕੁਝ ਦੋ ਤਿੰਨ ਹੋਰ ਲੋਕਾਂ ਨੇ ਵੈਂਕਈਆ ਨਾਇਡੂ ਜੀ ਨੇ ਮੈਂ ਗਡਕਰੀ ਜੀ ਨੇ ਬੀਬੀ ਹਰਸਿਮਰਤ ਜੀ ਨੇ ਮਿਲ ਕੇ ਰਾਜਨਾਥ ਸਿੰਘ ਜੀ ਨਾਲ ਗੱਲ ਕੀਤੀ ਅਸੀਂ ਉਹਨਾਂ ਨੂੰ ਕੋਈ ਪ੍ਰਸਤਾਵਨਾ ਦਿੱਤੀ ਹੈ ਔਰ ਕਿ ਜਿਹੜੇ ਮੁੱਖ ਮਾਮਲਿਆਂ ਦੇ ਵਿੱਚ ਹਾਲੀ ਵੀ ਜਿਹੜਾ ਗਲਤ ਬੰਦ ਹੋਏ ਨੇ ਔਰ ਨਿਆਏ ਨਹੀਂ ਹੋਇਆ ਔਰ ਹਾਲੀ ਵੀ ਨਿਆਏ ਦੀ ਗੁੰਜਾਇਸ਼ ਹੈ ਅਤੇ ਉਹਦੇ ਨਾਲ ਕੀ ਤਰੀਕਾ ਹੋ ਸਕਦਾ ਹੈ ਉਹਦਾ ਸਰਕਾਰ ਕੋਈ ਤਰੀਕਾ ਲੱਭੇ ਔਰ ਉਹਦੇ ਸਾਰੇ ਕੰਜ਼ੂਰੀ ਪਕਸ਼ ਦੇ ਉੱਤੇ ਉਹ ਵਿਚਾਰ ਕਰ ਰਹੇ ਹਨ ਗ੍ਰਹਿ ਮੰਤਰਾਲੇ ਵਾਲੇ ਔਰ ਨਿਸ਼ਚਿਤ ਰੂਪ ਨੇ ਕੁਛ ਨਾ ਕੁਛ ਤੁਸੀਂ ਉਹਨਾਂ ਤੋਂ ਸੁਣੋ ਜਿਹੜੀ SIT ਦੀ ਡਿਮਾਂਡ ਆ ਉਸ ਬਾਰੇ ਦੇਖੀਏ ਉਹਦੇ SIX ਇਨ ਸਭ ਵਿਸ਼ਿਆਂ ਦੇ ਉੱਤੇ ਚਰਚਾ ਕਰ ਰਹੇ ਹਨ ਔਰ ਬੜੀ ਸ਼ੀਘਰ ਹੀ ਤੁਸੀਂ ਉਹਨਾਂ ਤੋਂ ਕੁਛ ਨਾ ਕੁਛ ਸੁਣੋਗੇ। ਜਦ ਸਾਡੀ NDA ਦੀ BJP ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੇਂਦਰ 'ਚ ਆਈ ਹੈ ਜਾਂ ਰਾਜ 'ਚ ਆਈ ਹੈ ਅਸੀਂ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕਰਦੇ ਰਹੇ ਹਾਂ ਕਿ 84 ਦੇ ਦੰਗਿਆਂ ਦੇ ਸੰਬੰਧ 'ਚ ਲੋਕਾਂ ਨੂੰ ਨਿਆਏ ਮਿਲੇ। ਵਾਜਪਾਈ ਸਾਹਿਬ ਦੀ ਸਰਕਾਰ ਸੀ ਅਤੇ ਜਸਟਿਸ ਨਾਨਾਵਤੀ ਆਯੋਗ ਅਸੀਂ ਗਠਿਤ ਕੀਤਾ। ਜਸਟਿਸ ਨਾਨਾਵਤੀ ਆਯੋਗ ਨੇ ਜੋ ਰਿਪੋਰਟ ਦਿੱਤੀ ਉਸ ਰਿਪੋਰਟ ਦੇ ਬੇਸ ਦੇ ਉੱਤੇ ਕਿਹੜੇ ਥਾਣੇ 'ਚ ਕੀ ਹੋਇਆ ਔਰ ਕਿਨ ਲੋਕਾਂ ਨੇ ਕੀਤਾ ਉਹ ਸਾਰੇ ਆਈਡੈਂਟੀਫਾਈ ਕੀਤੇ ਗਏ। ਠੀਕ ਹੈ। ਉਹ ਸਾਰੇ ਕੇਸਿਸ ਅਸੀਂ CBI ਨੂੰ ਜਾਂ ਕਿਸੇ ਨਾ ਕਿਸੇ ਜਾਂਚ ਏਜੰਸੀ ਨੂੰ ਭੇਜੇ। ਉਹਦਾ ਅਸਰ ਇਹ ਹੋਇਆ ਕਿ 10 ਸਾਲ ਤੱਕ ਕਾਂਗਰਸ ਹਕੂਮਤ ਕੋਸ਼ਿਸ਼ ਕਰਦੀ ਰਹੀ ਕਿ ਕਿਸੇ ਤਰੀਕੇ ਉਹਨਾਂ ਲੋਕਾਂ ਦਾ ਬਚਾਅ ਹੋ ਜਾਏ ਲੇਕਿਨ ਅਸੀਂ ਫਿਰ ਵੀ ਨਿਆਏ ਵਾਸਤੇ ਸਾਡੇ ਸਾਥੀ ਜਿਹੜੇ ਇੱਥੇ ਮੌਜੂਦ ਨੇ ਲੜਦੇ ਰਹੇ। ਕੁਛ ਲੋਕਾਂ ਨੂੰ ਸਜ਼ਾ ਕਰਵਾ ਪਾਏ ਔਰ ਕੁਛ ਸਰਕਾਰ ਦੀ ਮਿਲੀ ਭਗਤ ਨਾਲ ਬਾਹਰ ਚਲੇ ਗਏ। ਸਾਡੀ ਪੂਰੀ ਕੋਸ਼ਿਸ਼ ਐਤਕੀ ਵੀ ਹੋਏਗੀ ਔਰ 30th ਐਨੀਵਰਸਰੀ ਹੈ ਕਿਉਂਕਿ ਇਹ 1984 ਦੇ ਕਤਲੇਆਮ ਦੀ ਅਤੇ 5-5 ਲੱਖ ਜਿਹੜਾ ਇੱਕ ਪਰਿਵਾਰ ਨੂੰ ਦਿੱਤਾ ਉਹ ਬਿਲਕੁਲ ਸੰਕੇਤਿਕ ਸਿੰਬੋਲਿਕ ਹੈ। ਉਹਦੇ ਨਾਲ ਉਹਨਾਂ ਦੇ ਕੋਈ ਜ਼ਖਮ ਪੂਰੇ ਹੋ ਜਾਣਗੇ ਇਹਦੇ ਕੋਈ ਜ਼ਰੂਰੀ ਨਹੀਂ ਹੈ ਲੇਕਿਨ ਸਰਕਾਰ ਉਹਨਾਂ ਨਾਲ ਹਮਦਰਦੀ ਰੱਖਦੀ ਹੈ ਕੇਵਲ ਉਹਦੇ 'ਚ ਇਹ ਸੰਕੇਤ ਸਿਰਫ ਅਸੀਂ ਦਿੱਤਾ। Powered by NNIS.